मैं नायब सिंह ईश्वर की शपथ लेता हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा। नायब सैनी कुरुक्षेत्र लोक सभा सीट तो पार्टी के सांसद ने बिना विधायक बने सैनी 6 महीने सीएम रहेंगे ਅਤੇ ਇਸ ਦੌਰਾਨ ਮੌਜੂਦਾ ਵਿਧਾਨ ਸਭਾ ਦਾ ਟਰਮ ਪੂਰਾ ਹੋ ਜਾਵੇਗਾ। ਯਾਨੀ ਕਿ ਕਰੀਬ ਕਰੀਬ ਨਾਇਬ ਸੈਣੀ ਬਿਨਾਂ ਵਿਧਾਇਕ ਬਣੇ ਆਪਣੀ ਸਰਕਾਰ ਦਾ ਕਾਰਜਕਾਲ ਪੂਰਾ ਕਰਨਗੇ। ਨਾਇਬ ਸੈਣੀ ਹਰਿਆਣਾ 'ਚ ਲਗਭਗ 9.5 ਸਾਲ ਤੋਂ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਰਹੇ ਮਨੋਹਰ ਲਾਲ ਖੱਟਰ ਦੇ ਕਰੀਬੀ ਨੇ। ਪਾਰਟੀ ਨੇ ਜਾਟ ਸਮਾਜ ਤੋਂ ਆਉਣ ਵਾਲੇ ਓਮ ਪ੍ਰਕਾਸ਼ ਧਨਖੜ ਨੂੰ ਹਟਾ ਕੇ 27 ਅਕਤੂਬਰ 2023 ਨੂੰ ਹੀ ਨਾਇਬ ਸੈਣੀ ਨੂੰ ਹਰਿਆਣਾ BJP ਦਾ ਪ੍ਰਧਾਨ ਬਣਾਇਆ ਸੀ। ਹਰਿਆਣਾ 'ਚ 22.2% ਜਾਟ ਵੋਟਰਾਂ ਦੇ ਬਾਅਦ ਦੂਜੇ ਨੰਬਰ 'ਤੇ OBC ਵੋਟ ਬੈਂਕ ਆਉਂਦਾ ਹੈ। ਕੁੱਲ ਆਬਾਦੀ 'ਚ OBC ਵੋਟਰ 21% ਨੇ। ਨਾਇਬ ਸਿੰਘ ਸੈਣੀ ਦਾ ਜਨਮ 25 ਜਨਵਰੀ 1970 ਨੂੰ ਅੰਬਾਲਾ ਜ਼ਿਲ੍ਹੇ ਦੇ ਪਿੰਡ ਮਿਰਜ਼ਾਪੁਰ ਮਾਜਰਾ 'ਚ ਹੋਇਆ। RSS ਨਾਲ ਜੁੜੇ ਰਹੇ ਸੈਣੀ ਨੂੰ ਸੰਗਠਨ 'ਚ ਕੰਮ ਕਰਨ ਦਾ ਲੰਬਾ ਅਨੁਭਵ ਹੈ। ਉਹ 1996 ਤੋਂ ਹਰਿਆਣਾ BJP ਦੇ ਸੰਗਠਨ 'ਚ ਕੰਮ ਕਰ ਰਹੇ ਨੇ। ਸਾਲ 2002 ਅਤੇ 2005 'ਚੋਂ ਅੰਬਾਲਾ 'ਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ। ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੇ ਕਿਸਾਨ ਮੋਰਚੇ 'ਚ ਸੂਬਾ ਜਨਰਲ ਸਕੱਤਰ ਬਣਾਇਆ ਗਿਆ। ਸਾਲ 2012 'ਚ ਨਾਇਬ ਸੈਣੀ ਪ੍ਰਮੋਟ ਹੋ ਕੇ ਅੰਬਾਲਾ 'ਚ BJP ਦੀ ਜ਼ਿਲ੍ਹਾ ਇਕਾਈ ਦੇ ਮੁਖੀ ਬਣੇ। 2014 ਦੀ ਵਿਧਾਨ ਸਭਾ ਚੋਣ 'ਚ ਪਾਰਟੀ ਨੇ ਉਹਨਾਂ ਨੂੰ ਅੰਬਾਲਾ ਜ਼ਿਲ੍ਹੇ ਦੀ ਨਰੈਣਗੜ੍ਹ ਤੋਂ ਟਿਕਟ ਦਿੱਤੀ ਅਤੇ ਵਿਧਾਇਕ ਚੁਣੇ ਗਏ। 2016 'ਚ ਖੱਟਰ ਕੈਬਨਿਟ 'ਚ ਮੰਤਰੀ ਬਣੇ। 2019 'ਚ ਕੁਰੂਕਸ਼ੇਤਰ ਤੋਂ MP ਚੁਣੇ ਗਏ। 2023 'ਚ ਹਰਿਆਣਾ BJP ਦੇ ਪ੍ਰਧਾਨ ਬਣੇ ਅਤੇ ਹੁਣ 2024 'ਚ ਉਹ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ ਨੇ। 2019 ਲੋਕ ਸਭਾ ਚੋਣ 'ਚ ਦਿੱਤੇ ਗਏ ਹਲਫਨਾਮੇ ਮੁਤਾਬਕ ਨਾਇਬ ਸਿੰਘ ਸੈਣੀ ਕੋਲ ਉਸ ਸਮੇਂ ਕਰੀਬ 33 ਲੱਖ ਦੀ ਜਾਇਦਾਦ ਸੀ। ਪਰਿਵਾਰ 'ਚ ਉਹਨਾਂ ਦੇ ਮਾਤਾ, ਪਤਨੀ ਅਤੇ 2 ਬੱਚੇ, ਬੇਟਾ ਅਤੇ ਬੇਟੀ ਨੇ। ਨਵੰਬਰ 2022 'ਚ ਹੋਈਆਂ ਲੋਕਲ ਚੋਣਾਂ 'ਚ ਨਾਇਬ ਸੈਣੀ ਦੀ ਪਤਨੀ ਨੇ ਵੀ ਚੋਣ ਲੜੀ ਸੀ। BJP ਨੇ ਉਹਨਾਂ ਨੂੰ ਅੰਬਾਲਾ ਦੇ ਵਾਰਡ ਨੰਬਰ 4 ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਚੋਣ ਲਈ ਉਮੀਦਵਾਰ ਬਣਾਇਆ ਸੀ। ਸੈਣੀ ਨੇ ਆਪਣੀ ਪਤਨੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ, ਪਰ ਉਹਨਾਂ ਦੀ ਪਤਨੀ ਹਾਰ ਗਏ ਸਨ। ਅਖੀਰ ਹੁਣ ਨਾਇਬ ਸਿੰਘ ਸੈਣੀ ਦੇ ਹੱਥ ਸੂਬੇ ਦੀ ਕਮਾਂਡ ਹੈ, ਚਾਹੇ ਕੁਝ ਮਹੀਨਿਆਂ ਲਈ, ਪਰ ਉਹ ਹਰਿਆਣਾ ਦੇ ਮੁੱਖ ਮੰਤਰੀ ਜ਼ਰੂਰ ਬਣ ਗਏ ਨੇ। Thank you.